ਆਪਣਾ ਭਾਜੀ ਵੀਰ ਸਿੰਘ ਪਿੰਡ ਇੱਟੀ, ਮੇਰਾ ਛੋਟਾ ਬ੍ਰਦਰ ਲਖਵੀਰ ਸਿੰਘ ਆਪਣੀ ਪੈੜੀ ਵਿੱਚ ਬੂਟੇ ਸਾਉਂਦਾ ਪਿਆ ਜੀ, ਅਤੇ ਨਾਲ ਦੇ ਸਾਡੇ ਜਿਹੜੇ ਗੁਆਂਢੀ ਹੈ ਸੁਰਿੰਦਰ ਕੁਮਾਰ, ਉਹਦੇ ਪੁੱਤਰ, ਦੋ ਬੇਟੇ ਉਹਦੇ ਅਤੇ ਉਹਦੇ ਦੋ ਭਤੀਜੇ ਅਤੇ ਨਾਲ ਉਹਦੀ ਪਤਨੀ, ਇਹਨਾਂ ਨੇ ਜਦੋਂ ਉਹਨਾਂ ਨੂੰ ਰੋਕਿਆ ਵੀ ਪੱਟ ਨਾ ਸੰਘੋ, ਅਤੇ ਇਹਨੇ ਜਾ ਉਹਨਾਂ ਨੇ ਇਹਨਾਂ ਨੂੰ ਮਤਲਬ ਕਿ ਦਾੜੀ ਬੜੀ ਵਾਲਾ ਹੱਥੋਂ ਗਏ ਆ, ਅਤੇ ਇਹਨੂੰ ਉਹਨਾਂ ਨੇ ਢਾ ਲਿਆ। ਜਦੋਂ ਮੈਂ ਦੋ ਕਿਲੇ ਦੀ ਵਾੜ 'ਤੇ ਹੀ ਘਰੋਂ ਦੌੜ ਕੇ ਗਿਆ, ਅਤੇ ਜਾਂਦਿਆਂ ਹੀ ਉਹਨੇ ਮੈਨੂੰ ਵੀ ਉੱਦਾਂ ਹੀ ਜਿੱਦਾਂ ਇਹਨਾਂ ਨੂੰ ਲੰਮੇ ਪਾਇਆ ਸੀ ਉੱਦਾਂ ਹੀ ਮੈਨੂੰ ਪੈ ਗਏ ਨੇ। ਮੇਰੀ ਇਹ ਦਾੜੀ ਪੁੱਟੀ ਆ, ਮੇਰੀ ਇੱਜ਼ਤ ਦਾ ਸਵਾਲ ਆ, ਮੈਂ ਅੰਮ੍ਰਿਤਧਾਰੀ ਬੰਦਾ ਹਾਂ, ਅਤੇ ਮੈਂ ਤੁਹਾਡੇ ਤੋਂ ਇਨਸਾਫ ਚਾਹੁੰਦਾ ਹਾਂ। ਮੇਰੀ ਇੱਜ਼ਤ ਦਾ ਸਵਾਲ ਹੈ, ਜ਼ਮੀਨ ਦੀ ਜਿਹੜੀ ਗੱਲ ਅਲੱਗ ਹੈ, ਮੇਰੀ ਇੱਜ਼ਤ ਦਾ ਸਵਾਲ ਹੈ। ਅਸੀਂ ਆਪਣੀ ਜ਼ਮੀਨ ਉੱਤੇ ਜਾਣਾ, ਸਾਨੂੰ ਉਹਨਾਂ ਤੋਂ ਖਤਰਾ ਜਿੰਨਾ ਵੀ ਤੁਹਾਡੀ ਦਾੜੀ ਨੂੰ ਪਏ ਆ, ਅੱਗੋਂ ਵੀ ਪੈਣਗੇ। ਮੈਂ ਆਪਣੇ ਇਨਸਾਫ ਚਾਹੁੰਦਾ, ਜੋ ਗੁਰਸਿੱਖੀ ਦੇ ਅਨੁਸਾਰ ਜੋ ਇਨਸਾਫ ਹੈ ਮੈਨੂੰ ਚਾਹੀਦਾ, ਜਿਹੜੀ ਇਹਨਾਂ 'ਤੇ ਧਾਰਾ ਲੱਗਦੀ ਹੈ ਉਹ ਇੱਥੇ ਧਾਰਾ ਲਾਈ ਜਾਏ, ਨਹੀਂ ਤਾਂ ਮੈਂ ਕੋਰਟ ਦਾ ਰੁੱਖ ਕਰਾਂਗਾ, ਪੂਰੀ ਸਖਤੀ ਨਾਲ ਕਰਾਂਗਾ। ਇਹਨਾਂ ਨੂੰ ਮੈਂ ਧੁਰ ਤੱਕ ਠੋਕਾਂਗਾ ਜੀ, ਮੈਂ ਨਹੀਂ ਪਿੱਛੇ ਹਟਣ ਵਾਲਾ, ਮੈਂ ਮਹਾਰਾਜ ਨੂੰ ਮੰਨਣ ਵਾਲਾ ਬੰਦਾ ਹੈ। ਇਹਨਾਂ ਮੇਰੇ ਨਾਲ ਬੇਇੱਜ਼ਤੀ ਕੀਤੀ ਹੈ, ਮੇਰੇ ਨਾਲ ਧੱਕਾ ਕੀਤਾ। ਦਾੜੀ ਦੂੜੀ ਪੁੱਟੀ ਗਈ ਹੇਟੀ ਭਜੂਰੇ ਵਾਲਾ। ਮਿਤੀ 20/11/2019 ਨੂੰ ਲਖਵੀਰ ਸਿੰਘ ਬਾਸੀ ਇੱਟੀ ਨੇ ਮੇਰੇ ਪਾਸ ਆ ਕੇ ਦਰਖਾਸਤ ਦਿੱਤੀ ਸੀ ਕਿ ਜ਼ਮੀਨੀ ਜਾਇਦਾਦ ਦੇ ਝਗੜੇ ਸੰਬੰਧੀ ਸੁਰਿੰਦਰ ਕੁਮਾਰ ਅਤੇ ਉਸਦੇ ਲੜਕਿਆਂ ਨੇ ਉਸਦੀ ਦਾੜੀ ਨੂੰ ਹੱਥ ਪਾਇਆ ਗਾ। ਦੋਨਾਂ ਪਾਸਿਓਂ ਤੋਂ ਸ਼ਿਕਾਇਤਾਂ ਆਈਆਂ ਨੇ, ਜਿਹਦੀ ਦਰਿਆਫਤ ਚੱਲ ਰਹੀ ਹੈ। ਦਰਿਆਫਤ ਦੇ ਦੌਰਾਨ ਦਰਿਆਫਤ ਜੋ ਵੀ ਕਾਰਵਾਈ ਅਮਲ 'ਚ ਆਏਗੀ, ਕਾਰਵਾਈ ਕੀਤੀ ਜਾਵੇਗੀ।